ਅਸੀਂ ਅੱਜ ਪਹੁੰਚੇ ਹਾਂ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ, ਜਿੱਥੇ ਕਿ ਕੁਝ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ MLA ਹਰਜੋਤ ਸਿੰਘ ਬੈਂਸ ਜੀ ਦਾ ਘਿਰਾਓ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਜਨਕਰਾਜ ਸ਼ਰਮਾ ਸਰਪੰਚ ਜੀ 'ਤੇ ਝੂਠਾ ਪਰਚਾ ਅਤੇ ਉਹਨਾਂ ਦੇ ਬੇਟੇ ਦੇ ਉੱਤੇ ਝੂਠਾ ਪਰਚਾ ਕੀਤਾ ਗਿਆ, ਨਾਲ ਹੀ BDPEO ਵੱਲੋਂ ਅਪਸ਼ਬਦ ਬੋਲੇ ਗਏ ਆ। ਅਤੇ ਆਓ ਦੇਖਦੇ ਹਾਂ ਪੂਰਾ ਮਸਲਾ ਕੀ। ਪਰਚਾ ਦਰਜ ਕਰੋ, ਦਰਜ ਕਰੋ, ਦਰਜ ਕਰੋ, ਜੀਰਾ ਪੀੜੀਆਂ ਤੇ
ਯਾਰ ਆਇਓ ਯਾਰ ਖੜਾ ਲਾ ਗੱਲ ਕੀਤੀ ਹੈ ਤੇ ਉੱਤਰ ਵਾਲਾ ਨੂੰ ਪ੍ਰੋਵਾਈਡ ਜਿਹੜੀ ਦਰਖਾਸਤ ਤੁਸੀਂ ਦਿੱਤੀ ਸੀ ਨਾ ਉੱਥੇ ਉਹਦੇ ਇੰਨਾ ਕੋਲ ਨਹੀਂ ਆਈ ਤੁਸੀਂ ਇੱਕ ਨਵੀਂ ਦਰਖਾਸਤ ਦੇ ਦਿਓ ਹਫ਼ਤੇ ਦੇ ਵਿੱਚ ਜਿਹੜੀ ਗੱਲ ਹੋਈ ਹੈ ਇਹ ਦੱਸਣ ਜੀ ਆਪਾਂ ਨਾ ਦੱਸੀਏ ਇਹਨਾਂ ਨੂੰ ਗੱਲ ਕਰਨ ਦਿਓ ਇੱਥੇ ਅੱਗੇ ਹੋ ਗੱਲ ਨਹੀਂ ਨਾ ਕਰਨ ਦਿੰਦੇ ਤੁਸੀਂ ਦਰਖਾਸਤ ਦਿਓ ਇੱਥੇ ਦੇਖ ਕੇ दरखास्त आई ठीक है तुम कहने दरखास्त नहीं आई जी दरखास्त आते कारवाई क्यों नहीं कर दे गए जी दरखास्त एस एच ओ जी सिटी को ठीक है असी नवी दरखास्त खुश कर दिए एक चकारा पुलिस केड़ी साडे दे बच्चे दे मैं अज आए हुए सारे ही फिरोजपुर जिले के कांग्रेसी वर्करां दा धन्नवाद करदा साडे परमिंदर सिंह पिंकी जी का साडे बहुत ही सत्कारयोग वाइस प्रधान बीबी बलजीत कौर।